ਮੇਰਾ ਬੇਟਾ ਹੀ ਹੈ, ਮੇਰੇ ਦੇਵਰ ਦਾ ਬੇਟਾ। ਤੇ ਮੈਂ 6 ਮਹੀਨੇ ਪਹਿਲੇ ਹੀ ਉਹਨੂੰ ਥੋੜ੍ਹੀ ਪ੍ਰੋਬਲਮ ਆਈ ਖਾਂਸੀ ਦੀ, ਅਤੇ ਖਾਂਸੀ ਦੀ ਪ੍ਰੋਬਲਮ ਕਰਕੇ ਇਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ। ਫਿਰ ਡਾਕਟਰਾਂ ਨੂੰ ਵਿਖਾਇਆ, ਡਾਕਟਰ ਕਹਿੰਦੇ ਵੀ ਇਹ ਜ਼ਿਆਦਾ ਪ੍ਰੋਬਲਮ ਆ, ਇਸ ਲਈ ਕਦੀ ਟੈਸਟ ਵਗੈਰਾ ਜੇ ਵੋ, ਬੱਚੇ ਨੂੰ ਤੰਦਰੁਸਤ ਕਰਿਓ ਅਤੇ ਮੈਂ ਨੰਗੇ ਪੈਰੀ ਆਵਾਂਗੀ, ਪੈਦਲ ਯਾਤਰਾ ਕਰਾਂਗੀ। ਮੈਂ ਕਿਸੇ ਨੂੰ ਦੱਸਿਆ ਨਹੀਂ, ਬਾਅਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ। ਮੈਂ ਇਹਨਾਂ ਨੇ ਕਹਿਣਾ ਤੂੰ ਹੁਣ ਪੈਦਲ ਯਾਤਰਾ ਕਰਨੀ ਹੈ, ਬਲਕਿ ਥੋੜ੍ਹਾ ਹੁੰਦਾ ਹੀ ਹੈ ਨਾ ਵੀ ਮੈਂ ਨਹੀਂ ਮੈਂ ਜਾਣਾ। ਔਂਕੜਾਂ ਵੀ ਬਥੇਰੀਆਂ ਆਈਆਂ, ਪਰ ਚਲੋ ਮਹਾਮਾਈ ਨੇ ਮਹਿਸੂਸ ਨਹੀਂ ਹੋਣ ਦਿੱਤਾ, ਮਹਾਮਾਈ ਨੇ ਤੋਰੀ ਰੱਖਿਆ, ਚਲੋ ਦਰ ਤੇ ਲਿਆਂਦਾ, ਫਟਾਫਟ ਹੀ ਆ ਗਏ ਸੀ। ਸਾਡਾ ਇਹ ਬੇਟਾ ਆ ਜੀ, ਮੇਰੇ ਛੋਟੇ ਬ੍ਰਦਰ ਦਾ ਬੇਟਾ ਆ, ਇਹਦਾ ਨਾਂ ਵੈਸੇ ਤਾਂ ਹਰਸ਼ਵਰਧਨ ਆ, ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਦੇ ਹਾਂ। ਪਿਛਲੇ ਕੋਈ 6 ਮਹੀਨਿਆਂ 'ਚ ਇਹਨੂੰ ਇੱਕ ਛੋਟੀ ਜਿਹੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ, ਜਿਹੜੀ ਕਿ ਉੱਥੋਂ ਲੱਗਦਾ ਸੀ ਪ੍ਰੋਬਲਮ ਵੱਧ ਗਈ, ਉਲਟੀ ਆਉਂਦੀ ਸੀ। ਡਾਕਟਰਾਂ ਨੇ ਟੈਸਟ ਲਿਖ ਕੇ ਦੇਤੇ, ਥੋੜ੍ਹਾ ਜਿਹਾ ਡਰਾਪ ਆਤਾ, ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ। ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁੱਖਣ ਕੀਤੀ ਮਹਾਮਾਈ ਦੇ ਦਰਬਾਰ ਦੇ ਉੱਤੇ, ਕਾਲੀ ਦੁਆਰੇ ਬਟਾਲਾ ਦੇ ਵਿੱਚ, ਕਿ ਅਸੀਂ ਪੈਦਲ ਆਵਾਂਗੇ ਗੁਰਦਾਸ ਨੰਗਲ ਤੋਂ। ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਅਸੀਂ ਇਸ ਤਰ੍ਹਾਂ ਜਾਣਾ, ਤਾਂ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ। ਬੇਟੇ ਦੇ ਜਿਵੇਂ ਥੋੜ੍ਹਾ ਥੋੜ੍ਹਾ ਠੀਕ ਹੋਣਾ ਸ਼ੁਰੂ ਹੋ ਗਿਆ, ਅਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ। ਥੋੜ੍ਹੀਆਂ ਬਹੁਤੀਆਂ ਦਿੱਕਤਾਂ ਨੇ, ਪਰ ਅਸੀਂ ਮਾਤਾ ਗਾੜੀ ਮਹਾਮਾਈ ਗਾੜੀ ਇੱਕੋ ਹੀ ਅਰਦਾਸ ਕਰਦੇ ਹਾਂ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦੇਵੇ, ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ। ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸਿਜ਼ ਨੇ ਸੁਖੀ ਸੀ, ਉਹ ਪੈਦਲ ਯਾਤਰਾ ਅੱਜ ਅਸੀਂ ਸਵੇਰੇ 8:30 ਵਜੇ ਪਿੰਡ ਗੁਰਦਾਸ ਨੰਗਲ ਤੋਂ ਸ਼ੁਰੂ ਕਰਕੇ 5:15 ਜਿਹੜਾ ਆ ਸ਼ਾਮ ਦੇ ਮਹਾਮਾਈ ਦੇ ਦਰਬਾਰ 'ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਹੈ। ਮਹਾਮਾਈ ਦੇ ਦਰਸ਼ਨ ਕਰ ਲੈਣੇ, ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ। ਬਹੁਤ ਵਧੀਆ ਅਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ 'ਤੇ ਆਣ ਕੇ। ਮਹਾਮਾਈ ਗੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤ ਜਾਬੀ ਕਰੇ, ਸਿਹਤ ਜਾਬੀ ਦੇਵੇ, ਅਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ, ਤਾਂ ਕਿ ਬੱਚੇ ਦੀਆਂ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ। ਮਹਾਮਾਈ ਦੇ ਗਾੜੀ ਬਸ ਇਹੀ ਅਰਦਾਸ ਆ। ਅਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉੱਧਰੋਂ ਚੱਲ ਕੇ, ਮੈਂ ਅਤੇ ਮੇਰੀ ਮਿਸਿਜ਼, ਮੇਰਾ ਬ੍ਰਦਰ ਅਤੇ ਮੇਰੀ ਜਿਹੜੀ ਛੋਟੀ ਭਾਬੀ, ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਹਾਂ। ਮਿਸਿਜ਼ ਤਾਂ ਲਗਾਤਾਰ ਜਿਹੜੀ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ, ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਬਦਲਦੇ ਜਿਹੜਾ ਆ, ਕਦੀ ਸਕੂਟੀ ਬ੍ਰਦਰ ਚਲਾ ਲੈਂਦਾ ਸੀ, ਕਦੀ ਮੈਂ ਚਲਾ ਲੈਂਦਾ ਸੀ, ਅਤੇ ਥੋੜ੍ਹਾ ਥੋੜ੍ਹਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਹਾਂ। ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਜਿਹੜਾ ਮਾਹੌਲ ਬੜਾ ਖਰਾਬ ਆ, ਝਟਪਟ ਜਿਹੜੇ ਅੱਜ ਕੱਲ੍ਹ ਜਿਹੜੇ ਆ ਸਨੈਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ, ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਹਾ। ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਥ ਦਿੱਤਾ, ਬਹੁਤ ਜ਼ਿਆਦਾ ਆਸ਼ੀਰਵਾਦ ਬਣਾ ਕੇ ਰੱਖਿਆ, ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ। ਥੋੜ੍ਹੇ ਜੇ ਸਾਲਿਆਂ ਦੀ ਪ੍ਰੋਬਲਮ ਆਈ ਹੈ, ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਅਸੀਂ ਭੁੱਲ ਗਏ ਹਾਂ, ਅਤੇ ਬਹੁਤ ਵਧੀਆ ਆ। ਮਹਾਮਾਈ ਗੜੀ ਇੱਕੋ ਦੁਆ ਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜਾਵੇ। ਜੈ ਮਾਤਾ।